ਪੰਜਾਬ ਦੇ ਵਿਧਾਨ ਸਭਾ ਹਲਕੇ ਸ਼ਾਹਕੋਟ ਦੀ ਉਪ ਚੋਣ ਵਿਚ ਆਮ ਆਦਮੀ ਪਾਰਟੀ ਜਿੱਤ ਦਰਜ ਕਰੇਗੀ ਅਤੇ ਪ੍ਰਚਾਰ ਦੇ ਲਈ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਵੀ ਪ੍ਰਚਾਰ ਲਈ ਪਹੁੰਚਣਗੇ। ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਨਵ ਨਿਯੁਕਤ ਜਨਰਲ ਸਕੱਤਰ ਕਮਲਜੀਤ ਸਿੰਘ ਦਾ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਦੇ ਨਵ ਨਿਯੁਕਤ ਜਨਰਲ ਸਕੱਤਰ ਕਮਲਜੀਤ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਕਮਲਜੀਤ ਸਿੰਘ ਨੇ ਇੱਥੇ ਪਾਰਟੀ ਦੇ ਨੇਤਾਵਾਂ ਦੇ ਨਾਲ ਜਨਰਲ ਸਕੱਤਰ ਦਾ ਅਹੁਦਾ ਸੰਭਾਲਣ ਦੇ ਲਈ ਧੰਨਵਾਦ ਕੀਤਾ। ਨਾਲ ਹੀ ਕਮਲਜੀਤ ਸਿੰਘ ਨੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਹੋਣ ਜਾ ਰਹੀ ਉਪ ਚੋਣ ਵਿਚ ਆਪ ਦੇ ਹੱਕ ਵਿਚ ਨਤੀਜੇ ਆਉਣ ਦਾ ਦਾਅਵਾ ਕੀਤਾ। ਆਪ ਆਗੂ ਨੇ ਕਿਹਾ ਕਿ ਉਪ ਚੋਣ ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਪਾਰਟੀ ਦੇ ਸਾਰੇ ਨੇਤਾ ਪੂਰੀ ਤਰ੍ਹਾਂ ਨਾਲ ਪ੍ਰਚਾਰ ਵਿਚ ਜੁਟੇ ਹੋਏ ਨੇ। ਉਧਰ ਉਨ੍ਹਾਂ ਨੇ ਦੱਸਿਆ ਕਿ ਪਾਰਟੀ ਵੱਲੋਂ ਵੱਡੀਆਂ ਰੈਲੀਆਂ ਵੀ ਕੀਤੀਆਂ ਜਾਣਗੀਆਂ ਅਤੇ ਪ੍ਰਚਾਰ ਦੇ ਲਈ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਖੁਦ ਆਉਣਗੇ। ਇਸ ਮੌਕੇ ਉਨ੍ਹਾਂ ਨੇ ਵਿਰੋਧੀ ਦਲ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਤੇ ਵੀ ਤਿੱਖੇ ਪ੍ਰਹਾਰ ਕੀਤੇ। ਬਿਲਕੁਲ ਜੀ, ਜਿਹੜੀ ਸ਼ਾਹਕੋਟ ਦੀ ਜ਼ਿਮਨੀ ਚੋਣ ਹੋ ਰਹੀ ਹੈ, ਉੱਥੇ ਜਿਹੜੀ ਪਹਿਲਾਂ ਇਲੈਕਸ਼ਨ ਹੋਈ ਸੀਗੀ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਬਹੁਤ ਅੱਛਾ ਪ੍ਰਦਰਸ਼ਨ ਸੀਗਾ। 40,000 ਤੋਂ ਵੀ ਜ਼ਿਆਦਾ ਵੋਟਾਂ ਸੀਗੀਆਂ, ਬੜੇ ਥੋੜ੍ਹੇ ਜਿਹੇ ਮਾਰਜਨ ਦੇ ਉੱਪਰ ਜਿਹੜੀ ਕਾਂਗਰਸ ਉੱਥੇ ਜਿੱਤੀ ਸੀ, ਅਕਾਲੀ ਦਲ ਜਿੱਤਿਆ ਸੀਗਾ। ਔਰ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਕਿ ਅਕਾਲੀ ਦਲ ਦੇ ਅਗੇਂਸਟ ਸੀ ਲੋਕ ਸੀਗੇ ਔਰ ਅਕਾਲੀ ਦਲ ਨੂੰ ਉਹਨਾਂ ਨੇ ਤੀਸਰੇ ਥਾਂ 'ਤੇ ਪਹੁੰਚਾਤਾ। ਔਰ ਸਵਾ ਸਾਲ ਦੇ ਵਿੱਚ ਕਾਂਗਰਸ ਜਿਹੜੀ ਹੈਗੀ ਉਹਦਾ ਵੀ ਗ੍ਰਾਫ ਬਹੁਤ ਥੱਲੇ ਗਿਆ ਹੈਗਾ। ਕਾਂਗਰਸ ਦੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਉਹ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਪਾਈ ਔਰ ਲੋਕਾਂ ਦਾ ਕਰੀਬ ਕਰੀਬ ਸਵਾ ਸਾਲ ਦੇ ਵਿੱਚ ਹੀ ਕਾਂਗਰਸ ਦਾ ਮੋਹ ਭੰਨ ਹੋ ਗਿਆ। ਔਰ ਹੁਣ ਆਮ ਆਦਮੀ ਪਾਰਟੀ ਜਿਹੜੀ ਹੈਗੀ ਇਸ ਚੀਜ਼ ਦਾ ਪੂਰਾ ਫਾਇਦਾ ਉਠਾ ਰਹੀ ਹੈ, ਕਿਉਂਕਿ ਸਾਡਾ ਉੱਥੇ ਬਹੁਤ ਵੱਡਾ ਵੋਟ ਬੈਂਕ ਜਿਹੜਾ ਸੀ ਅੱਗੇ ਸੀਗਾ ਔਰ ਹੁਣ ਸਾਡੇ ਪੂਰੇ ਪੰਜਾਬ ਦੇ ਵਲੰਟੀਅਰਸ ਔਰ ਲੀਡਰ ਸਾਹਿਬਾਨ MLA ਸਾਹਿਬਾਨ ਸਾਰੇ ਸ਼ਾਹਕੋਟ ਦੇ ਜ਼ਿਮਨੀ ਚੋਣ ਦੇ ਵਿੱਚ ਘਰ ਘਰ ਜਾ ਕੇ ਕੰਪੇਨ ਕਰ ਰਹੇ ਨੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਕਾਂਗਰਸ ਦਾ ਗ੍ਰਾਫ ਜਿਹੜਾ ਬਹੁਤ ਥੱਲੇ ਜਾ ਰਿਹਾ ਹੈਗਾ, ਅਕਾਲੀ ਦਲ ਦਾ ਗ੍ਰਾਫ ਜਿਹੜਾ ਬਹੁਤ ਥੱਲੇ ਜਾ ਰਿਹਾ, ਆਮ ਆਦਮੀ ਪਾਰਟੀ ਤੋਂ ਜਿੱਤ ਕੇ ਸਾਹਮਣੇ ਆਏਗੀ। ਬਿਲਕੁਲ, ਪਾਰਟੀ ਪ੍ਰਧਾਨ ਵੀ ਆਉਣਗੇ, ਰੈਲੀਆਂ ਵੀ ਹੋਣਗੀਆਂ ਔਰ ਮੇਨ ਜਿਹੜਾ ਸਾਡਾ ਏਜੰਡਾ ਉਹ ਡੋਰ ਟੂ ਡੋਰ ਕੰਪੇਨ ਦਾ ਹੈਗਾ। ਜੋ ਕਾਂਗਰਸ ਨੇ ਕਰ ਰਹੇ ਨੇ, ਉਹਨਾਂ ਦੇ ਜਿਹੜੇ MLA ਕਰ ਰਹੇ ਨੇ, ਜੇ ਉਹਨਾਂ ਦਾ ਰੇਤਾ ਮਾਫੀਆ ਦੇ ਵਿੱਚ ਬਜਰੀ ਮਾਫੀਆ ਦੇ ਵਿੱਚ ਨਾਂ ਆ ਰਿਹਾ ਅਤੇ ਜਿਹੜੇ ਅਫਸਰ ਨੇ ਉਹ ਆਪਣੇ ਨਿਰਧਾਰਿਤ ਹੋ ਕੇ ਜਿਹੜੀ ਕਾਰਵਾਈ ਕਰ ਰਹੇ ਨੇ ਔਰ ਇਹ ਕਾਂਗਰਸ ਦੇ ਜਿਹੜੇ ਲੋਕ ਨੇ, ਜਿਹੜੇ ਕਾਂਗਰਸ ਦੇ ਲੀਡਰ ਨੇ, ਉਹ ਅਫਸਰਾਂ ਨੂੰ ਵੀ ਡਰਾ ਰਹੇ ਨੇ। ਦੇਖੋ, ਇਹ ਭਾਰਤ ਬੜਾ ਵੱਡਾ ਲੋਕਤੰਤਰ ਹੈਗਾ, ਲੋਕਤੰਤਰ ਦੇ ਵਿੱਚ ਨੋ ਡਾਊਟ ਕਿ ਪਾਰਟੀਆਂ ਰਾਜ ਕਰਦੀਆਂ ਨੇ ਔਰ ਕਰਨਾ ਵੀ ਚਾਹੀਦਾ ਹੈਗਾ, ਪਰ ਜਿਹੜਾ ਰਾਜ ਕਰਨ ਦਾ ਜਿਹੜਾ ਮੇਨ ਜਿਹੜਾ ਅਹਿਮੀਅਤ ਹੁੰਦੀ ਆ ਉਹ ਜਿਹੜੇ ਸਾਡੇ ਅਫਸਰ ਨੇ, ਅਗਰ ਅਫਸਰ ਅੱਛੀ ਤਰ੍ਹਾਂ ਖੁੱਲ੍ਹ ਕੇ ਜਿਹੜੇ ਨਿਡਰ ਹੋ ਕੇ ਚੱਲਣਗੇ ਅਤੇ ਫਿਰ ਜਿਹੜਾ ਹੈਗਾ ਉਹ ਅੱਛੀ ਤਰ੍ਹਾਂ ਲੋਕਾਂ ਦੀ ਸੇਵਾ ਕਰਨਗੇ ਔਰ ਲੋਕਤੰਤਰ ਨੂੰ ਬਚਾਈ ਰੱਖਣਗੇ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।